हाँ जी सारयां नूं सत श्री अकाल जी। लो जी आपां पहुंच गए इस टाइम गुरद्वारा अड़ीसर साहब। ते तुसीं वेखो भी इत्थे अज दिन जिहड़ा गा सोमवार है। ते वैसे इत्थे दिन ऐतवार रख्या हुंदा सीगा, पर अज सोमवार नूं भी संगत दा किन्ना इकट्ठ है जी, किन्नी दूर तक जिहड़ी संगत है देखो तुसीं। ਉਹ ਦੇਖੋ ਤੁਸੀਂ ਆਹ ਮੇਨ ਗੇਟ ਆ ਰਿਹਾ ਜੀ, ਇੱਧਰੋਂ ਮੇਨ ਸੜਕ ਇੱਧਰੋਂ ਆ ਰਹੀ ਆ। ਤੁਸੀਂ ਇਹ ਦੇਖ ਲਓ ਵੀ ਅੱਜ ਵੀ ਇੱਥੇ ਪੈਰ ਧਰਨ ਨੂੰ ਜਗ੍ਹਾ ਨਹੀਂ ਹੈਗੀ। ਲਓ ਜੀ ਆਪਾਂ ਹੁਣ ਮੇਨ ਡਿਊਟੀ 'ਤੇ ਖੜ੍ਹੇ ਹਾਂ। ਇਹ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਥਾਨ ਹੈ ਜੀ। ਗੁਰੂ ਤੇਗ ਬਹਾਦਰ ਸਿਮਰਿਆ ਘਰ ਨੌਂ ਨਿਦਿਆ ਵੈਤਾ ਏ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਹੈ ਨਾ ਜੀ। ਲਓ ਆਪਾਂ ਮੇਨ ਗੇਟ 'ਤੇ ਪਹੁੰਚ ਗਏ, ਕਰੋ ਦਰਸ਼ਨ ਤੁਸੀਂ ਸਾਰੇ। ਸਤਨਾਮ। ਲਓ ਜੀ ਸੰਗਤ ਜੀ ਅੰਦਰ ਨਿਗਾਹ ਮਾਰੋ ਤੁਸੀਂ ਦਰਬਾਰ ਸਾਹਿਬ ਤੱਕ। ਇਹ ਗੇਟ ਤੋਂ ਐਂਟਰ ਹੁੰਦਿਆਂ ਹੀ ਇੱਧਰਲੇ ਪਾਸੇ ਜੋੜਾ ਘਰ ਆ ਗਿਆ ਜੀ। ਇੱਧਰਲੇ ਪਾਸੇ ਜੋੜਾ ਘਰ ਆ ਗਿਆ, ਉਹ ਤੱਕ ਲੰਮਾ ਜੋੜਾ ਘਰ ਪਹੁੰਚ ਗਿਆ ਜੀ ਇੱਥੇ ਤੱਕ। ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ। ਇੱਥੋਂ ਦੇ ਅਸਥਾਨ ਬਾਰੇ ਤੁਹਾਨੂੰ ਸਭਨਾਂ ਨੂੰ ਪਤਾ ਹੀ ਹੈ, ਇਤਿਹਾਸ ਦਾ ਵੀ। ਗੁਰੂ ਸਾਹਿਬ ਘੋੜੇ 'ਤੇ ਜਦੋਂ ਆ ਰਹੇ ਸੀਗੇ ਤਾਂ ਮਹਾਰਾਜ ਦਾ ਘੋੜਾ ਜਿਹੜਾ ਸੀ ਇਹਨੂੰ ਅੱਗੇ ਨਹੀਂ ਗਿਆ ਸੀ, ਕਿਉਂਕਿ ਅੱਗੇ ਤੰਬਾਕੂ ਦੀ ਖੇਤੀ ਸੀਗੀ, ਤੰਬਾਕੂ ਦੇ ਖੇਤ ਸੀਗੇ। ਉਹਨਾਂ ਖੇਤਾਂ ਕਰਕੇ ਘੋੜਾ ਇੱਥੇ ਅੜ ਗਿਆ ਸੀ ਮਹਾਰਾਜ ਦਾ, ਅਤੇ ਜਿੱਥੋਂ ਇਹਦਾ ਨਾਮ ਅੜੀਸਰ ਸਾਹਿਬ ਪ੍ਰਸਿੱਧ ਹੋਇਆ ਹੈ ਨਾ ਜੀ। ਕਿ ਕਹਿੰਦੇ ਵੀ ਉਹ ਪਵਿੱਤਰ ਸਥਾਨ ਹੈ ਜਿੱਥੇ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਪਾਏ ਨੇ। ਹਾਂਜੀ ਜਿਹੜਾ ਆਪਾਂ ਇਹ ਅਸਥਾਨ ਦੇਖ ਰਹੇ ਹਾਂ, ਇਹ ਅਸਥਾਨ ਬਾਬਾ ਭਗਤ ਸਿੰਘ ਦਾ, ਇਹਨਾਂ ਨੇ ਇਸ ਅਸਥਾਨ ਗੁਰਦੁਆਰਾ ਅੜੀਸਰ ਸਾਹਿਬ ਜਿਹੜਾ ਅਸਥਾਨ ਬਣਿਆ, ਇਸ ਅਸਥਾਨ ਦੀ ਖੋਜ ਇਹਨਾਂ ਮਹਾਂਪੁਰਸ਼ਾਂ ਨੇ ਕੀਤੀ ਸੀ ਜੋ ਆਹ ਅਸਥਾਨ ਬਣਿਆ ਹੋਇਆ ਜਿੱਥੇ ਸੰਗਤ ਮੱਥਾ ਟੇਕ ਰਹੀ ਆ ਹੁਣ। ਅਤੇ ਇੱਥੇ ਇਹ ਮਹਾਂਪੁਰਸ਼ ਬਾਬਾ ਭਗਤ ਜੀ, ਬਾਬਾ ਭਗਤ ਸਿੰਘ ਜੀ ਹੋਏ ਨੇ ਜਿਨ੍ਹਾਂ ਨੇ ਇਸ ਅਸਥਾਨ ਦੀ ਖੋਜ ਕੀਤੀ ਅਤੇ ਸੰਗਤਾਂ ਨੂੰ ਇਹ ਦੇਣ ਬਖਸ਼ੀ ਵੀ ਇੱਥੇ ਭਾਈ ਗੁਰੂ ਮਹਾਰਾਜ ਨੇ ਆ ਕੇ ਚਰਨ ਪਾਏ ਨੇ। ਤਾਂ ਆਪਾਂ ਜਦੋਂ ਇੱਥੋਂ ਅੱਗੇ ਐਂਟਰ ਹੁੰਦੇ ਹਾਂ ਜੀ ਤਾਂ ਅੱਗੇ ਆਪਾਂ ਇੱਧਰਲੇ ਪਾਸੇ ਦਰਬਾਰ ਸਾਹਿਬ ਬਣਿਆ ਹੋਇਆ, ਅਤੇ ਤਕਰੀਬਨ ਬਿਲਡਿੰਗ ਬਹੁਤ ਬਣ ਚੁੱਕੀ ਆ ਹੁਣ ਤਾਂ ਪਹਿਲਾਂ ਨਾਲੋਂ ਬਿਲਡਿੰਗ ਬਹੁਤ ਜ਼ਿਆਦਾ ਅੱਗੇ ਵਧਾ ਦਿੱਤੀ ਗਈ ਆ, ਹੁਣ ਨਵਾਂ ਦਰਬਾਰ ਸਾਹਿਬ ਬਣ ਚੁੱਕਿਆ ਜੀ। ਆਓ ਇਸੇ ਤਰ੍ਹਾਂ ਆਪਾਂ ਅੱਗੇ ਚੱਲਦੇ ਚੱਲਦੇ ਤੁਹਾਨੂੰ ਸਾਰਿਆਂ ਨੂੰ ਸੰਗਤੀ ਦਰਬਾਰ ਸਾਹਿਬ ਦੇ ਕਰਾਉਂਦੇ ਹਾਂ ਦਰਸ਼ਨ। ਅਤੇ ਸੰਗਤ ਦਾ ਬਹੁਤ ਭਾਰੀ ਇਕੱਠ, ਤੁਸੀਂ ਇਹ ਸਮਝ ਲਓ ਵੀ 24-24 ਘੰਟੇ ਇੰਨਾ ਹੀ ਇਕੱਠ ਰਹਿੰਦਾ। ਸੇਵਾਦਾਰ ਦੱਸਦੇ ਸੀ ਵੀ ਸੰਗਤਾਂ ਦੀ ਇਸੇ ਤਰ੍ਹਾਂ ਲੜੀ ਟੁੱਟਦੀ ਨਹੀਂ ਹੈਗੀ। ਇਸ ਅਸਥਾਨ 'ਤੇ ਕਹਿੰਦੇ ਮਹਾਰਾਜ ਦਾ ਜਿਹੜਾ ਘੋੜਾ ਸੀ ਭਾਈ ਉਹ ਫਿਰ ਅੱਗੇ ਨਹੀਂ ਗਿਆ ਸੀ, ਘੋੜੇ ਨੇ ਜਿਹੜੀ ਕਰ ਲਈ ਸੀ ਵੀ ਤੰਬਾਕੂ ਦੀ ਖੇਤੀ ਆ ਅੱਗੇ, ਉਹਦੇ ਕਰਕੇ ਫਿਰ ਕਿਸੇ ਸੇਵਾਦਾਰ ਨੇ ਮਹਾਰਾਜ ਨੂੰ ਕਿਹਾ ਮਹਾਰਾਜ ਅੱਗੇ ਤੰਬਾਕੂ ਦੀ ਖੇਤੀ ਹੈ ਜੀ, ਅਤੇ ਆਹ ਵੇਖ ਲਓ ਤੁਸੀਂ। ਅਤੇ ਉਹ ਘੋੜਾ ਫਿਰ ਜਿਹੜਾ ਸੀ ਅੜੀ ਕਰਕੇ ਖੜ ਗਿਆ। ਫਿਰ ਮਹਾਰਾਜ ਕਹਿੰਦਾ ਭਾਈ ਇਹ ਚੀਜ਼ ਜਿਹੜੀ ਜਿੱਥੇ ਇੱਕ ਜਾਨਵਰ ਵੀ ਅੜੀ ਕਰ ਗਿਆ ਅਤੇ ਉਹ ਜਾਨਵਰ ਨੇ ਅੜੀ ਕਰ ਲਈ ਵੀ ਮੈਂ ਅੱਗੇ ਨਹੀਂ ਜਾਣਾ ਹੈ ਨਾ। ਪਰ ਬੰਦੇ ਦੇਖੋ ਤੰਬਾਕੂ ਦੀ ਵਰਤੋਂ ਕਰਦੇ ਨੇ, ਜਿਹੜੇ ਤੰਬਾਕੂ ਤੋਂ ਮਹਾਰਾਜ ਦਾ ਘੋੜਾ ਵੇਖ ਕੇ ਉਹਨੂੰ ਅੱਗੇ ਨਹੀਂ ਗਿਆ, ਉਹ ਤੰਬਾਕੂ ਅੱਜ ਕੱਲ੍ਹ ਲੋਕ ਆਪਣੇ ਮੁੱਖ 'ਚ ਪਾਉਂਦੇ ਨੇ, ਉਹਦੀ ਵਰਤੋਂ ਕਰਦੇ ਨੇ। ਆਹ ਵੇਖ ਲਓ ਜੀ
ਚੰਗਾ ਨਾਮ ਕਾਇ ਕਰੇ ਜਸ ਕੀਰਤ ਜਗ ਲੈ ਜਿਤ ਨਰ ਮੈਂ ਆ ਗਈ ਤਬ ਆਤਮ ਪੁੱਛੈ ਤੇ ਕੀਤਾ ਅੰਦਰ ਕੀਤ ਕਰ ਦੋਤੀ ਦੋ ਕਰੇ। ਆ ਜਿਹੜਾ ਤੁਸੀਂ ਸੰਗਤਾਂ ਦੀ ਲਾਈਨ ਲੱਗੀ ਦੇਖ ਰਹੇ ਹੋ ਜੀ, ਇਹ ਦਰਬਾਰ ਸਾਹਿਬ ਵਿੱਚ ਨਮਸਕਾਰ ਕਰਨ ਵਾਸਤੇ ਸੰਗਤਾਂ ਦੀ ਲਾਈਨ ਲੱਗੀ ਹੋਈ ਆ। ਤੁਸੀਂ ਦੇਖੋ ਕਿੱਡੀ ਵੱਡੀ ਤਾਦਾਦ ਦੇ ਵਿੱਚ ਸੰਗਤ ਹੈ, ਕੋਈ ਮਤਲਬ ਕਿ ਅੰਤ ਨਹੀਂ ਹੈ ਇੱਥੇ। ਆਹ ਵੇਖ ਲਓ ਤੁਸੀਂ, ਇਧਰਲੇ ਸਾਰੀ ਬਿਲਡਿੰਗ ਇਹ ਨਵੀਂ ਬਣ ਰਹੀ ਹੈ, ਨਵੀਂ ਤਿਆਰ ਹੋ ਰਹੀ ਹੈ ਜੀ। ਕਰੋ ਦਰਸ਼ਨ ਸੰਗਤ ਜੀ, ਇਸੇ ਤਰ੍ਹਾਂ ਕਹਿੰਦੇ ਸੇਵਾਦਾਰ ਵੀ ਭਾਈ ਨਿਰੰਤਰ ਲਗਾਤਾਰ ਸੰਗਤਾਂ ਆਉਂਦੀਆਂ ਨੇ ਜਾਂਦੀਆਂ ਨੇ ਨਮਸਕਾਰ ਕਰਕੇ, ਜਿੰਨੀਆਂ ਨੇ ਉਹ ਲੋਕ ਫਿਰ ਇੱਥੇ ਅਰਦਾਸਾਂ ਬੇਨਤੀਆਂ ਕਰਾਉਂਦੇ ਨੇ ਜੀ। ਅਰਦਾਸਾਂ ਬੇਨਤੀਆਂ ਕਰਾਉਣ ਤੋਂ ਬਾਅਦ ਉਹਨਾਂ ਦੀ ਅਰਦਾਸ ਜਿਹੜੀ ਹੈ ਉਹ ਇੱਥੇ ਪੂਰੀ ਹੁੰਦੀ ਹੈ ਅਤੇ ਸੰਗਤਾਂ ਫਿਰ ਆਪਣੀਆਂ ਸ਼ਰਧਾ ਭਾਵਨਾ ਦੇ ਨਾਲ ਆਪੋ ਆਪਣਾ ਕੋਈ ਖੰਡ ਪਾਠ ਸਾਹਿਬ ਕਰਾ ਜਾਂਦਾ ਹੈ, ਕੋਈ ਪ੍ਰਸ਼ਾਦ ਚੜ੍ਹਾ ਜਾਂਦਾ। ਇਸ ਤਰ੍ਹਾਂ ਇਹ ਭਾਵਨਾ ਜਿਹਨਾਂ ਦੀ ਪੂਰੀ ਹੋ ਜਾਂਦੀ ਆ ਉਹ ਇੱਥੇ ਆਪੋ ਆਪਣੀ ਸ਼ਰਧਾ ਦੇ ਨਾਲ ਆ ਕੇ ਨਮਸਕਾਰ ਕਰ ਲੈਂਦੇ ਹਨ ਜੀ। ਸੋ ਇਹ ਇੱਥੋਂ ਦਾ ਇਤਿਹਾਸ ਵੀ ਆਪਾਂ ਦੱਸਿਆ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਏ ਨੇ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ।